ਜੀ ਟੀਵੀ ਦੇਖਣ ਵਾਲਿਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਥੈਂਕ ਯੂ ਸੋ ਵੈਰੀ ਮਚ ਫੋਰ ਵਾਚਿੰਗ ਜੀ ਟੀਵੀ ਐਂਡ ਮਾਈ ਬੈਸਟ ਵਿਸ਼ੇਸ ਫੋਰ ਯੂ ਆਲ ਜੋ ਅੱਜ ਮੈਂ ਵੀਡੀਓ ਬਣਾ ਰਹੀ ਹਾਂ ਉਹ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਇੰਟਰਸਟ ਹੈ ਰੋਮਾਨੀਆ ਲੁਥਵਾਨੀਆ ਲਾਤਵੀਆ ਐਂਡ ਅਦਰ ਯੂਰੋਪੀਅਨ ਕੰਟਰੀਜ਼ ਜਿੱਥੇ ਉਹਨਾਂ ਦੇ ਇੰਡੀਵਿਜੂਅਲ ਲੈਂਗੁਏਜ ਹੁੰਦੇ ਆ ਜਿੱਥੇ ਇੰਗਲਿਸ਼ ਨਹੀਂ ਹੈ बोली ਜਾਂਦੀ ਉਹਨਾਂ ਦੇ ਆਪਣੇ ਲੈਂਗੁਏਜ ਬੋਲੇ ਜਾਂਦੇ ਆ ਤਾਂ ਜਿਨ੍ਹਾਂ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਹੈ ਕਿ ਅਸੀਂ ਰੋਮੇਨੀਆ ਦੇ ਵਿੱਚ ਆ ਜਾਣਾ ਚਾਹੁੰਦੇ ਆ ਸਟੱਡੀ ਕਰਨ ਲਈ ਜਾਂ ਲਤਵੀਆ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਲਥੁਵੈਨੀਆਂ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਚੈੱਕ ਰਿਪਬਲਿਕ ਦੇ ਵਿੱਚ ਜਿਹੜਾ ਹੈ ਉਹ ਸਟੱਡੀ ਕਰਨ ਲਈ ਜਾਣਾ ਚਾਹੁੰਦੇ ਨੇ ਐਂਡ ਮੈਂ ਵੀਡੀਓ ਇਸ ਕਰਕੇ ਬਣਾ ਰਹੀ ਹਾਂ ਕਿ ਫੋਨ ਕਰਨ ਵਾਲਿਆਂ ਨੇ ਐਂਡ ਇਨਕੁਆਰੀ ਲੈਣ ਦੇ ਟਾਈਮ ਮੈਂ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਕੀ ਤੁਸੀਂ ਇੰਨੇ ਐਕਸਪਰਟ ਹੋ ਕੰਟਰੀਜ਼ ਦੇ ਵਿੱਚ ਕਿ ਤੁਸੀਂ ਖੁਦ ਹੀ ਸਾਰੀ ਪਲਾਨ ਕੀਤੀ ਹੈ ਕਿ ਅਸੀਂ ਜਾਣਾ ਸਟੱਡੀ ਦੇ ਬੇਸ ਤੇ ਐਂਡ ਉਹਦੇ ਬਾਅਦ ਚ ਫਿਰ ਅਸੀਂ ਰੋਮਾਨੀਆ ਅਗਰ ਜਾਣੇ ਆ ਅਸੀਂ ਰੋਮਾਨੀਆ ਦੇ ਵਿੱਚ ਜਾਂ ਹੰਗਰੀ ਦੇ ਵਿੱਚ ਜਾਂ ਲਤਵੀਆ ਦੇ ਵਿੱਚ ਤਾਂ ਸਟੱਡੀ ਪਰਮਿਟ ਸਾਨੂੰ ਮਿਲ ਜਾਏਗਾ 3 ਮਹੀਨੇ ਦੇ ਅੰਦਰ ਤੁਹਾਨੂੰ ਸੋਸ਼ਲ ਸਿਕਿਉਰਿਟੀ ਨੰਬਰ ਐਂਡ ਅਦਰ ਡਾਕੂਮੈਂਟਸ ਜਿਹੜੇ ਹੁੰਦੇ ਆ ਤੁਹਾਡੇ ਸਾਰੇ ਬਣ ਜਾਣਗੇ ਉਦੇ ਬਾਅਦ ਤੁਸੀਂ ਜਿਹੜਾ ਹੈ ਜਰਮਨ ਚਲੇ ਜਾਓਗੇ ਕੰਮ ਕਰਨ ਲਈ ਜਾਂ ਫਿਰ ਉੱਥੋਂ ਤੁਸੀਂ ਇੰਗਲੈਂਡ ਚਲੇ ਨਿਕਲ ਜਾਓਗੇ ਜਾਂ ਫਿਰ ਇੰਗਲੈਂਡ ਤੋਂ ਤੁਸੀਂ ਕੈਨੇਡਾ ਜਾਂ ਫਿਰ ਅਮਰੀਕਾ ਜਾਂ ਫਿਰ ਅਦਰ ਕੰਟਰੀਜ਼ ਦੇ ਵਿੱਚ ਮੂਵ ਹੋ ਜਾਓਗੇ ਐਂਡ ਉੱਥੇ ਤੁਸੀਂ 7-8 ਸਾਲ 10 ਸਾਲ 15 ਸਾਲ ਕੰਮ ਕਰੋਗੇ ਐਂਡ ਤੁਸੀਂ ਇਹ ਵੀ ਨਹੀਂ ਚਾਹੁੰਦੇ ਕਿ ਤੁਸੀਂ ਫੜੇ ਜਾਓ ਐਂਡ ਤੁਸੀਂ ਡਿਪੋਰਟ ਹੋ ਜਾਓ ਤਾਂ ਇਹ ਸਾਰੀ ਪਲੈਨਿੰਗ ਮਤਲਬ ਕਿ ਤੁਹਾਡੀ ਜਿਹੜੀ ਪਲੈਨਿੰਗ ਚੱਲਦੀ ਹੈ ਦਿਮਾਗ ਦੇ ਵਿੱਚ ਉਹ ਪਤਾ ਚੱਲਦਾ ਹੈ ਕਿ ਤੁਸੀਂ ਕਿੰਨੇ ਡੈਪਥ ਚ ਕੰਟਰੀਜ਼ ਦੇ ਬਾਰੇ ਸੋਚ ਰਹੇ ਹੋ ਐਂਡ ਤੁਹਾਨੂੰ ਇਹ ਚੀਜ਼ ਪਤਾ ਨਹੀਂ ਹੈ ਕਿ ਇੰਡੀਆ ਇੰਨਾ ਐਡਵਾਂਸ ਹੈ ਜਿੱਥੇ ਬਾਇਓਮੈਟ੍ਰਿਕ ਹੁੰਦਾ ਹੈ ਜਿੱਥੇ ਹਰ ਚੀਜ਼ ਦੀ ਹਿਸਟਰੀ ਆ ਜਾਂਦੀ ਹੈ ਕ੍ਰਿਮੀਨਲ ਹਿਸਟਰੀ ਤਾਂ ਤੁਸੀਂ ਯੂਰਪ ਕੈਨੇਡਾ ਅਮਰੀਕਾ ਇੰਗਲੈਂਡ ਤੱਕ ਕਿੱਦਾਂ ਪਹੁੰਚ ਜਾਂਦੇ ਹੋ ਇਹ ਗੱਲਾਂ ਤੁਸੀਂ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਤੁਸੀਂ ਯੂਰਪ ਕੰਟਰੀ ਦੇ ਵਿੱਚ ਪੜਨ ਜਾਓਗੇ ਫਿਰ ਤੁਸੀਂ ਡੋਂਕੀ ਲਗਾ ਕੇ ਜਾਂ ਬਾਰਡਰ ਕਰਾਸ ਕਰਕੇ ਚਲੇ ਜਾਓਗੇ ਡੱਬਿਆਂ ਦੇ ਵਿੱਚ ਬੈਠ ਕੇ ਗੱਡੀਆਂ ਦੇ ਵਿੱਚ ਬੈਠ ਕੇ ਅਣ ਤੁਸੀਂ ਇੰਗਲੈਂਡ ਚ ਜਾ ਕੇ ਕੰਮ ਕਰ ਲੋਗੇ ਇੱਕ ਟਾਈਮ ਨਿਕਲ ਚੁੱਕਿਆ ਹੈ ਜਿਹੜੀਆਂ ਗੱਡੀਆਂ ਬਾਰਡਰ ਤੋਂ ਕਰਾਸ ਹੁੰਦੀਆਂ ਉਹਨਾਂ ਦੇ ਵਿੱਚ ਸੈਂਸਰ ਲੱਗੇ ਹੁੰਦੇ ਹੈ ਬਾਰਡਰ ਏਜੰਸੀ ਵਾਲਿਆਂ ਨੂੰ ਪਤਾ ਚੱਲ ਜਾਂਦਾ ਹੈ ਕਿ ਗੱਡੀ ਦੇ ਵਿੱਚ ਕੋਈ ਬੈ ਕੇ ਬਾਰਡਰ ਕਰਾਸ ਕਰ ਰਿਹਾ ਹੈ ਹਿਊਮਨ ਬਾਡੀ ਚਾਹੇ ਉਹ ਕਿਸੇ ਵੀ ਫਾਰਮ 'ਚ ਕਿਸੇ ਵੀ ਚੀਜ਼ 'ਚ ਹੋਵੇ ਹਾਂ ਇੰਨੀ ਫੈਸਿਲਿਟੀ ਜ਼ਰੂਰ ਹੁੰਦੀ ਹੈ ਕਿ ਜੋ ਯੂਰੋਪੀਅਨ ਸ਼ੇਨਜਨ ਸਟੇਟਸ ਦਾ ਜਿਨ੍ਹਾਂ ਨੂੰ ਵੀਜ਼ਾ ਮਿਲਦਾ ਹੈ ਉਹ ਪੂਰੇ ਸ਼ੇਂਜਨ ਸਟੇਟਸ ਨੂੰ ਜਿਹੜਾ ਹੈ ਟਰੈਵਲ ਕਰ ਸਕਦੇ ਆ ਐਜ਼ ਅ ਸਟੂਡੈਂਟ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਐਂਡ ਇਹ ਵੀ ਹੋ ਸਕਦਾ ਹੈ ਐਂਡ ਹੁੰਦਾ ਹੈ ਕਿ ਤੁਸੀਂ ਇੱਕ ਕੰਟਰੀ ਚੋਂ ਦੂਸਰੀ ਕੰਟਰੀ ਚ ਜਾ ਕੇ ਕੰਮ ਵੀ ਕਰ ਸਕਦੇ ਹੋ ਇਹ ਵੀ ਹੁੰਦਾ ਹੈ ਬਟ ਲੈਂਗੁਏਜਸ ਦੀ ਜੋ ਪ੍ਰੋਬਲਮ ਹੈ ਉਸ ਦੀ وجہ ਨਾਲ ਉਹ ਚੀਜ਼ ਥੋੜੀ ਡਿਫਿਕਲਟ ਹੋ ਜਾਂਦੀ ਹੈ ਪਰ ਅਗਰ ਤੁਹਾਡੇ ਰਿਸ਼ਤੇਦਾਰ ਹੈਗੇ ਆ ਤਾਂ ਹੋਟਲਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਜਾਂ ਪੈਕਿੰਗ ਦੇ ਲਈ ਜਾਂ ਪਿਕਿੰਗ ਆਫ ਚੈਰੀਜ਼ ਐਂਡ ਅਦਰ ਥਿੰਗਸ ਟੂ ਪੈਕ ਐਂਡ ਕਲੀਨਿੰਗ ਐਂਡ दैट ਆਲ ਛੋਟੇ ਮੋਟੇ ਸਾਰੀ ਚੀਜ਼ਾਂ ਚ ਕੰਮ ਵੀ ਮਿਲ ਜਾਂਦਾ ਹੈ ਬਟ ਅਗਰ ਤੁਸੀਂ ਇਹ ਡਿਸਾਈਡ ਕਰ ਲਿਆ ਕਿ ਤੁਸੀਂ ਸਟੱਡੀ ਕਰਨ ਜਾਣਾ ਹੈ ਅਗਰ ਤੁਸੀਂ ਸਟੱਡੀ ਨਹੀਂ ਕਰੋਗੇ ਤਾਂ ਤੁਹਾਡੀ ਉੱਥੇ ਕੋਈ ਸਟੇਟਸ ਨਹੀਂ ਬਣਨੀ ਤਾਂ ਇਹ ਚੀਜ਼ ਅਗਰ ਤੁਸੀਂ ਕਰਨੀ ਹੈ ਤੁਹਾਡੀ ਮਰਜ਼ੀ ਹੈ ਬਟ ਤੁਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਮੂਵ ਕਰਨ ਚ ਬਹੁਤ ਹੀ ਟ੍ਰਬਲ ਹੈ ਇੰਨਾ ਆਸਾਨ ਨਹੀਂ ਹੈ ਹਾਂ ਜਿਨ੍ਹਾਂ ਦਾ 6 ਤੋਂ 8 ਸਾਲ 10 ਸਾਲ ਦਾ ਜਿਨ੍ਹਾਂ ਦਾ ਗੈਪ ਹੈ ਸਟੱਡੀ ਦੇ ਵਿੱਚ ਉਹ ਲੋਕ ਜਾ ਵੀ ਸਕਦੇ ਹੈ ਉਹਨਾਂ ਦੇ ਵੀਜ਼ਾ ਵੀ ਲੱਗਦੇ ਹੈ ਪੀੜ ਐਜੂਕੇਸ਼ਨ ਪੋਲੈਂਡ ਹੈਗਾ ਹੈ ਆਰਮਾਨੀਆ ਹੈਗਾ ਲਥਵਾਨੀਆ ਲਤਾ ਲਤਾਵਿਆ ਐਂਡ ਹੋਰ ਵੀ ਬਹੁਤ ਸਾਰੇ ਮਾਲਟਾ ਵੀ ਹੈਗਾ ਜਿਹਦੇ ਵਿੱਚ ਤੁਸੀਂ ਕਰ ਸਕਦੇ ਹੋ ਸਟਡੀ ਜਾ ਕੇ ਐਂਡ ਤੁਸੀਂ 2 ਸਾਲ ਅਗਰ ਉੱਥੇ ਸਟੱਡੀ ਕਰਦੇ ਹੋ 3 ਸਾਲ ਅਗਰ ਕੱਢ ਲੈਂਦੇ ਹੋ ਉੱਥੇ ਦੀ ਲੈਂਗੁਏਜ ਵੀ ਆ ਸਕਦੀ ਹੈ ਤੁਹਾਨੂੰ ਐਂਡ ਉਹਦੇ ਬਾਅਦ ਚ ਪ੍ਰੋਪਰ ਵਰਕ ਪਰਮਿਟ ਵੀ ਮਿਲ ਜਾਂਦਾ ਹੈ ਐਂਡ ਉੱਥੇ ਜਾਣ ਦੇ ਬਾਅਦ ਚ ਅਗਰ ਤੁਸੀਂ ਮੈਰਿਜ ਕਰਵਾ ਲੈਂਦੇ ਹੋ ਅਗਰ ਕਿਸੇ ਯੂਰੋਪੀਅਨ ਕੁੜੀ ਦੇ ਨਾਲ ਤਾਂ 3-4 ਮਹੀਨੇ ਚ ਤੁਹਾਨੂੰ ਜਿਹੜਾ ਹੈ ਵੀਜ਼ਾ ਅਪਰੂਵਲ ਵੀ ਹੋ ਜਾਂਦਾ ਹੈ ਐਵੀ ਚਾਂਸਸ ਹੈਗੇ ਨੇ ਬਟ ਤੁਸੀਂ ਡਿਸਾਈਡ ਕੀ ਕਰ ਰਹੇ ਹੋ ਕਿ ਸਭ ਕੁਝ ਤੁਸੀਂ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦੇ ਹੋ ਪਲਾਨ ਕਰਕੇ ਬੈਠੇ ਹੋ ਐਂਡ ਚਾਹੁੰਦੇ ਵੀ ਨਹੀਂ ਹੋ ਕਿ ਡਿਪੋਰਟ ਹੋਏ ਅਗਰ ਤੁਸੀਂ ਨਈ ਡਿਪੋਰਟੇਸ਼ਨ ਚਾਹੁੰਦੇ ਤਾਂ ਉਹਦੇ ਲਈ ਤੁਹਾਨੂੰ ਪ੍ਰੋਪਰ ਬਾਈ ਲਾਜ਼ ਦੇ ਨਾਲ ਹੀ ਰਹਿਣਾ ਪਏਗਾ ਆਦਰਵਾਇਜ਼ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਦਿਮਾਗ 'ਚ ਸਿਰਫ ਇੱਕ ਹੀ ਚੀਜ਼ ਵੱਸ ਚੱਲਦੀ ਹੈ ਕਿ ਕਿੱਦਾਂ ਅਸੀਂ ਪੈਸਾ ਕਮਾਣਾ ਬਾਹਰ ਜਾ ਕੇ ਐਂਡ ਕਿੱਦਾਂ ਅਸੀਂ ਲਾਅ ਬ੍ਰੇਕ ਕਰਨੇ ਆ ਤੁਸੀਂ ਇਹੀ ਪਲਾਨ ਕਰਕੇ ਬਾਹਰ ਜਾਂਦੇ ਹੋ ਔਰ ਇਹੀ ਰੀਜ਼ਨ ਹੈ ਵੀਜ਼ਾ ਰੇਟ ਸਟ੍ਰਿਕਟ ਹੋਣ ਦਾ ਨਿੱਤੇ ਉਹ ਕੰਟਰੀਆਂ ਦੇ ਵਿੱਚ ਇੰਨੀ ਸਸਤੀ ਐਜੂਕੇਸ਼ਨ ਹੈ ਗਵਰਨਮੈਂਟ ਲੈਵਲ ਦੀ ਐਂਡ ਫ੍ਰੀ ਵੀਜ਼ਾ ਵੀ ਲੱਗਦੇ ਹੁੰਦੇ ਸੀ ਹੁਣ ਉਹ ਬਹੁਤ ਟਫ ਹੋ ਗਿਆ ਕਿਉਂਕਿ ਸਾਊਥ ਇੰਡੀਅਨਸ ਐਂਡ ਇੰਟੈਲੀਜੈਂਟ ਪੀਪਲ ਉੱਥੇ ਵੀ ਲੈਂਗੁਏਜ ਸਿੱਖ ਕੇ ਚਲੇ ਗਏ ਹੁਣ ਇਸੇ ਕਰਕੇ ਨਵੇਂ ਕਾਲਜਸ ਐ ਪੇਡ ਐਜੂਕੇਸ਼ਨ ਫਾਰ ਇੰਟਰਨੈਸ਼ਨਲ ਸਟੂਡੈਂਟਸ ਦਾ ਉਹ ਪੇਡ ਐਜੂਕੇਸ਼ਨ ਲਈ ਤੁਸੀਂ ਜਾ ਰਹੇ ਹੋ ਔਰ ਇੰਨੀ ਵੱਡੀ ਪਲੈਨਿੰਗ ਕਰਕੇ ਦੋ ਦੋ ਕਿਸ਼ਤੀਆਂ 'ਚ ਸਵਾਰ ਹੋ ਕੇ ਬੰਦਾ ਕਦੀ ਵੀ ਕਾਮਯਾਬ ਨਹੀਂ ਹੁੰਦਾ ਕਾਮਯਾਬ ਉਹੀ ਹੁੰਦਾ ਹੈ ਜੋ ਇੱਕ ਕਿਸ਼ਤੀ 'ਚ ਇੱਕ ਟਾਰਗੇਟ ਰੱਖ ਕੇ ਚੱਲਦਾ ਹੈ ਜਿਨ੍ਹਾਂ ਦੇ ਮਲਟੀਪਲ ਟਾਰਗੇਟਸ ਨੇ ਉਹ ਕਦੇ ਕਾਮਯਾਬ ਨਹੀਂ ਹੁੰਦੇ ਤਾਂ ਤੁਸੀਂ ਕਿੱਦਾਂ ਕਾਮਯਾਬ ਹੋਣਾ ਆਈ ਡੋਨਟ ਨੋ ਬਹੁਤ ਜ਼ਿਆਦਾ ਟਾਈਮ ਤੁਸੀਂ ਇੰਡੀਆ 'ਚ ਵੇਸਟ ਕਰ ਲਿਆ ਆਪਣੇ ਲਾਈਫ ਦਾ ਇੱਕ ਮਕਸਦ ਬਣਾਓ ਕਿ ਤੁਸੀਂ ਕੀ ਕਰਨਾ ਹੈ ਤੁਸੀਂ ਕੁੜੀਆਂ ਦੇ ਬਾਹ ਫੜ ਕੇ ਬਾਹਰ ਜਾਣਾ ਹੈ ਜਾਂ ਫਿਰ ਤੁਸੀਂ ਕਿੱਦਾਂ ਜਾਣਾ ਹੈ ਕੀ ਕਰਨਾ ਹੈ ਜੋ ਵੀ ਕਰਨਾ ਹੈ ਜਦ ਤੁਸੀਂ ਇਦਾਂ ਕੁੜੀਆਂ ਦੇ ਨਾਲ 6 ਬੈਂਡ ਆ ਕੇ ਵਿਆਹ ਕਰਕੇ ਜਾ ਰਹੇ ਹੋ ਤਾਂ ਤੁਸੀਂ ਪਰਮਾਨੈਂਟ ਵਿਆਹ ਕਿਉਂ ਨਹੀਂ ਕਰਦੇ ਪੱਕੇ ਵਿਆਹ ਕਰਕੇ ਜਾਓ ਨਾ ਜਿੱਤੇ ਤੁਸੀਂ ਇੰਨਾ ਖਰਚਾ ਕਰਨਾ ਹੈ ਔਰ ਉਹਦੇ ਬਾਅਦ ਚ ਉੱਥੇ ਜਾਣ ਦੇ ਬਾਅਦ ਜੋ ਕੰਪਲਿਕੀਸ਼ਨਸ ਹੋਣੇ ਆ ਉਹ ਅਲੱਗ ਹੈ ਤਾਂ ਜੇ ਕਰਕੇ ਵੀ ਜਾਣਾ ਹੈ ਪੱਕਾ ਵਿਆਹ ਕਰਕੇ ਜਾਓ ਜੇ ਤੁਸੀਂ ਯੂਰੋਪੀਅਨ ਕੰਟਰੀ ਚ ਸਟੱਡੀ ਕਰਨ ਵੀ ਜਾਣਾ ਹੈ ਤਾਂ ਇੱਧਰ ਉੱਧਰ ਭਾਜੜ ਦੀ ਲੋੜ ਨਹੀਂ ਹੈ ਇਹ ਜਿਹੜੇ ਕੰਟਰੀਜ਼ ਨੇ ਜਿਹੜੇ ਲਥੁਵੈਨੀਆ ਐਂਡ ਲਾਟਵਿਆ ਐਂਡ ਰੋਮਾਨੀਆ ਇਹ ਬਹੁਤ ਹੀ ਗਰੀਬ ਕੰਟਰੀਜ਼ ਐ ਗ੍ਰੀਸ ਇਨਕਲੂਡਿੰਗ ਬੈਲਜੀਅਮ ਇਨਕਲੂਡਿੰਗ ਤਾਂ ਇਹਨਾਂ 'ਚ ਪੈਸਾ ਬਹੁਤ ਘੱਟ ਬਣਦਾ ਹੈ ਸਾਈਪ੍ਰਸ ਵੀ ਸਟੱਡੀ ਵਾਲੇ ਚਲੇ ਜਾਂਦੇ ਨੇ ਇੱਧਰ ਉੱਧਰ ਤੁਸੀਂ ਆਪਣੀ ਸਟੱਡੀ ਵੀ ਮੂਵ ਕਰਵਾ ਸਕਦੇ ਹੋ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਸਟੱਡੀ ਵੀ ਮੂਵ ਕਰਾ ਸਕਦੇ ਹੋ ਇੱਕ ਸਟੇਟ ਤੋਂ ਦੂਸਰੀ ਸਟੇਟ ਤੱਕ ਬਟ ਅਗਰ ਤੁਸੀਂ ਜੈਨੂਇਨ ਸਟੂਡੈਂਟ ਹੋ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬਹੁਤ ਕੁਝ ਕਰ ਸਕਦੇ ਹੋ ਤੁਹਾਨੂੰ ਕੋਈ ਕਾਨੂੰਨ ਨਹੀਂ ਰੋਕ ਸਕਦਾ ਆਪਣੇ ਲਾਈਫ ਦਾ ਇੱਕ ਮਕਸਦ ਔਰ ਇੱਕ ਟਾਰਗੇਟ ਰੱਖੋ ਏਜੰਟਾਂ ਦੇ ਚੱਕਰ ਚ ਨਾ ਆਓ ਆਪਣੀ ਜ਼ਿੰਦਗੀ ਦੀ ਸਰਚ ਖੁਦ ਕਰੋ ਆਪਣੇ ਕੈਰੀਅਰ ਦੀ ਜ਼ਿੰਮੇਵਾਰੀ ਖੁਦ ਲਓ ਕਿਉਂਕਿ ਜੋ ਤੁਸੀਂ ਆਪਣੇ ਲਈ ਸੋਚ ਸਕਦੇ ਹੋ ਕੋਈ ਦੂਸਰਾ ਤੁਹਾਡੇ ਲਈ ਨਹੀਂ ਸੋਚੇਗਾ ਉਹ ਹਮੇਸ਼ਾ ਆਪਣੇ ਫਾਇਦੇ ਲਈ ਹੀ ਸੋਚੇਗਾ ਇਸੇ ਕਰਕੇ ਮੈਂ ਤੁਹਾਨੂੰ ਇੰਨਾ ਬੋਲ-ਬੋਲ ਕੇ ਦੱਸਦੀ ਆਂ ਫਿਰ ਤੁਸੀਂ ਉਹੀ ਮੈਸੇਜ ਫਿਰ ਤੁਹੀ ਉਹੀ ਮੈਸੇਜ ਕਰਦੇ ਹੋ ਉਹੀ ਚੀਜ਼ਾਂ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਗਲਤ ਸਲਾਹ ਨਹੀਂ ਦੇ ਸਕਦੀ ਇਹ ਮੇਰੀ ਮਜਬੂਰੀ ਹੈ ਕਿ ਸਹੀ ਰਾਹ ਲਾਓ ਭੈੜੇਰਾ ਤانوں ਮੈਂ ਖੂਚ ਨਹੀਂ ਸਟਣਾ ਚਾਹਦੀ ਤੁਸੀਂ ਆਪ ਡਿੱਗਣਾ ਤਾਂ ਸ਼ਾਲ ਮਾਰ ਕੇ ਡਿੱਗੋ ਤੁਹਾਡੀ ਮਰਜ਼ੀ ਹੈ ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਜੀਟੀਵੀ ਆ ਗੁੱਡ ਡੇ